ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਤੁਹਾਡਾ ਤੁਹਾਡੇ ਆ ਦੇ YouTube ਚੈਨਲ ਟਰੈਕਟਰ ਬਾਜ਼ਾਰ 2 ਤੇ ਤੇ ਬਾਜੀ ਜੇ ਕਿਸੇ ਨੇ ਕੋਈ ਐਡ ਲਵਾਉਣੀ ਹੋਵੇ ਜਿਵੇਂ ਟਰੈਕਟਰ ਟਰਾਲੀ ਕਾਰ ਜੀਪ ਹਾਲ ਤਵੀਆਂ ਸੁਹਾਗਾ ਰੂਟਾਵੇਟਰ ਕੰਪਿਊਟਰ ਕਰਾ ਤਵੀਆਂ ਤੇ ਜਮੀਨ ਪਲਾਟ ਦੀ ਸਾਡੇ ਆ WhatsApp ਨੰਬਰ ਸਕਰੀਨ ਤੇ ਸ਼ੋ ਹੋ ਰਹੇ ਨੇ 77409 45620 5 ਤੋਂ 10 ਫੋਟੋਆਂ ਤੇ ਪੂਰੀ ਡਿਟੇਲ ਭੇਜ ਕੇ ਤੁਸੀਂ ਸਾਡੇ ਚੈਨਲ ਦੇ ਉੱਤੇ ਫ੍ਰੀ ਚੈਟ ਲਵਾ ਸਕਦੇ ਹੋ ਤੇ ਅੱਜ ਬਾਈ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਆ ਸੋਨਾ ਲੀਕਾ 60 RX ਟਰੈਕਟਰ ਦੀ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ ਜੀ 2014 ਮਾਡਲ ਦਾ ਟਰੈਕਟਰ ਪਹਿਲੇ ਮਾਲਕਾਂ ਦੇ ਨਾਮ ਆ ਪੰਜਾਬ ਨੰਬਰ ਆ ਕੋਈ ਇੰਜਨਾਂ ਕੰਮ ਨਹੀਂ ਪਾਹਲਦਾ ਕੋਈ ਗੇਅਰ ਦੀ ਆਵਾਜ਼ ਨਹੀਂ ਕੋਈ ਮਗਰਲੇ ਹਿੱਸੇ ਦੀ ਆਵਾਜ਼ ਨਹੀਂ ਕੋਤੋਂ ਕੋਈ ਪੰਨ ਤੋੜਨੀ ਹੋएगी ਕਿਤੋਂ ਕੁਛ ਨਹੀਂ ਕੀਤਾ ਗਿਆਗਾ ਕਿਤੋਂ ਰੰਗ ਨਹੀਂ ਲਿਹਾਗਾ ਸਾਰਾ ਰੰਗ ਜੈਨੂਨ ਜਿਹੜਾ ਜਾਂਸੀ ਚੋਂ ਆਇਆ ਸੀ ਨਾਲ ਦਾ ਰੰਗ ਪੇਂਟ ਆ ਟਾਇਰਾਂ ਦੀ ਗੱਲ ਕਰੀਏ 60% ਨਾਲ ਦੇ ਟਾਇਰ ਨਹੀਂ ਮਾਲਕਾਂ ਦੇ ਦੱਸਣ ਅਨਸਾਰ ਪ੍ਰਾਈਸ ਦੀ ਗੱਲ ਕਰੀਏ ਜੀ 4.5 ਲੱਖ 55000 ਰੁਪਇਆ ਮਾਲਕਾਂ ਲਈਉਂ ਡਿਮਾਂਡ ਆ ਟਰੈਕਟਰ ਦੀ ਬਾਕੀ ਮੌਕੇ ਤੇ ਘੱਟਬੱਧ ਕੀਤਾ ਜਾਊਗਾ ਥੱਲੇ ਮਾਲਕਾਂ ਦੇ ਨੰਬਰ ਸਕਰੀਨ ਤੇ ਸ਼ੋ ਹੋ ਰਹੇ ਨੇ ਤੁਹਾਨੂੰ ਉਹਨਾਂ ਦੇ ਫੋਨ ਕਰਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ ਜਿਹੜੇ ਵੀਰ ਸੱਜਣ ਮਿੱਤਰ ਇਹ ਟਰੈਕਟਰ ਲੈਣ ਦੇ ਚਾਹਵਨ ਹੋਣ ਥੱਲੇ ਸ਼ੋ ਹੋ ਰਹੇ ਨੰਬਰਾਂ ਤੇ ਕਾਲ ਜਾਂ WhatsApp ਮੱਤੇ ਮੈਸੇਜ ਕਰਕੇ ਤੁਸੀਂ ਇਹ ਟਰੈਕਟਰ ਮਾਲਕਾਂ ਤੋਂ ਖਰੀਦ ਸਕਦੇ ਹੋ ਇੱਕ ਜੀ ਬੱਸ 2-3 ਦਿਨਾਂ ਤੱਕ ਸੋਨਾਲੀ ਕਾ ਤੇ 855 ਵਿੱਚ ਕੰਪੈਰੀਜ਼ਨ ਆਊਗਾ ਜੀ ਉਹਦੇ ਵਾਸਤੇ ਵੀ ਤਿਆਰ ਰਹੋ ਤੋ ਅੱਗੇ ਗੱਲ ਕਰਦੇ ਆ 855 ਟਰੈਕਟਰ ਦੀ ਜੀ ਮਾਡਲ ਦੀ ਗੱਲ ਕਰੀਏ ਟਰੈਕਟਰ ਦੇ 2006 ਮਾਡਲ ਦਾ ਟਰੈਕਟਰ ਇੰਜਨ ਗੇਅਰ ਲੈਫਟ ਪੰਪ ਮਗਰ ਲਾ ਹਿੱਸਾ ਟਰੈਕਟਰ ਆਲ ਸੀਲਡ ਦਾ ਸਕੇਬੰਦ ਟਰੈਕਟਰ ਪਿਆ ਵਾ ਕੋਈ ਕੰਮ ਨਹੀਂ ਕੋਈ ਰਿਪੇਅਰ ਨਹੀਂ ਕੋਈ ਆਵਾਜ਼ ਨਹੀਂ ਕੋਈ ਭੰਨ ਤੋੜ ਨਹੀਂ ਕੀਤੀ ਗਈਗੀ ਫੁੱਲ ਹੈਵੀ ਅੱਗੇ ਬੰਪਰ ਲੱਗਾ ਹੋਇਆ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ ਅਗਲੇ ਟਾਇਰ ਜਮਾ ਬ੍ਰਾਂਡ ਦੇ ਨਵੇਂ ਪਵਾਏ ਹੋਏ ਨੇ ਮਗਰਲੇ ਟਾਇਰ ਨੇ ਜਿਹੜੇ 85 ਪੈਸੇ ਨੇ ਆ ਸ਼ੋਅ ਦਾ ਰੰਗ ਆ ਜੀ ਕੋਈ ਸ਼ੋਅ ਦਾ ਰੰਗ ਨਹੀਂ ਫਿੱਟਿਆਗਾ ਕਿਤੇ ਤੋਂ ਰੰਗ ਦੁਬਾਰਾ ਨਹੀਂ ਕੀਤਾ ਗਿਆ ਕੋਈ ਛੇੜਛਾੜ ਨਹੀਂ ਕੀਤੀ ਗਈ ਟਰੈਕਟਰ ਦੇ ਨਾਲ ਪ੍ਰਾਈਸ ਦੀ ਗੱਲ ਕਰੀਏ 320000 ਰੁਪਿਆ ਡਿਮਾਂਡ ਆ ਮਾਲਕਿਆਂ ਵੱਲੋਂ ਤੇ ਨੰਬਰ ਮਾਲਕਾਂ ਦਾ ਸਕਰੀਨ ਦੇ ਹਲੇ ਸ਼ੋਅ ਹੋ ਰਿਹਾ ਉਹ ਤੇ ਫੋਨ ਲਾ ਕੇ ਤੁਸੀਂ ਮਾਲਕਾਂ ਨੂੰ ਕੰਪਲੀਟ ਐਡਰੈਸ ਤੇ ਪੂਰੀ ਟਰੈਕਟਰ ਦੀ ਹੋਰ ਜਾਣਕਾਰੀ ਲੈ ਸਕਦੇ ਹੋ ਜਿਹੜੇ ਵੀਰ ਸੱਜਣ ਮਿੱਤਰ ਇਹ ਟਰੈਕਟਰ ਲੈਣ ਦੇ ਚਾਹਵਾਨ ਹੋਣ ਥੱਲੇ ਸ਼ੋਅ ਹੋ ਰਹੇ ਨੰਬਰਾਂ ਤੇ ਕਾਲ ਕਰਕੇ ਇਹ ਟਰੈਕਟਰ ਖਰੀਦ ਸਕਦੇ ਨੇ ਇੱਕ ਜੇ ਤੁਸੀਂ ਕੋਈ ਵੀ ਚੀਜ਼ ਸਾਡੇ ਐਡ ਦੇ ਰਹੀਂ ਲੈਣੇ ਹੋ ਤਾਂ ਉਹਦੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਇੱਕ ਵਾਰੀ ਜ਼ਰੂਰ ਕਰ ਲਿਆ ਕਰੋ ਕਿ ਟਰੈਕਟਰ ਸਹੀ ਆ ਜਾਂ ਕੋਈ ਮਸ਼ੀਨਰੀ ਸਹੀ ਆ ਠੀਕ ਹੈ ਜੀ ਸੋ ਅੱਗੇ ਗੱਲ ਕਰਦੇ ਆ ਨਿਊ ਹਾਲੈਂਡ 3630 ਟਰੈਕਟਰ ਦੀ 3630 ਟਰਬੋ ਸੁਪਰ 12+3 ਪਯੂਜੀ ਗੇਅਰ ਬਾਕਸ ਵਾਲਾ ਟਰੈਕਟਰ ਆ ਮਾਡਲ ਦੀ ਗੱਲ ਕਰੀਏ 2013 ਮਾਡਲ ਆ ਟਰੈਕਟਰ ਇਹ ਨਾਲ ਦੇ ਟਾਇਰ ਆ 45 ਪੈਸੇ ਅਪੋਲੋ ਦੇ ਟਰੈਕਟਰ 2515 ਘੰਟੇ ਕੋਲ ਚੱਲਿਆ ਹੋਇਆ ਵਾ ਠੀਕ ਹੈ ਹੈਵੀ ਬੰਪਰ ਅੱਗੇ ਲੱਗਾ ਹੋਇਆ ਵਾ ਬਾਕੀ ਟਰੈਕਟਰ ਦਾ ਰੰਗ ਪੇਂਟ ਸਾਰਾ ਅਰੀਜਨਲ ਜਿਹੜਾ ਏਜੰਸੀ ਚੋਂ ਆਇਆ ਸੀਗਾ ਕੋਈ ਇੰਜਨ ਦੀ ਕੰਮ ਨਹੀਂ ਕੋਈ ਗੇਅਰ ਦਾ ਨਹੀਂ ਕੋਈ ਮਗਰਲੇ ਹਿੱਸੇ ਦੀ ਆਵਾਜ਼ ਨਹੀਂ ਕੋਲ A ਤੋਂ Z ਟਰੈਕਟਰ ਸੀਲ ਦੇ ਸਿੱਕੇ ਬੰਦ ਪਿਆ ਵਾ ਕੋਈ ਰਿਪੇਅਰ ਨਹੀਂ ਭਾਲਦਾਗਾ ਤੇ ਏਰੀਆ ਹੈਗਾ ਕੋਟਕਪੂਰਾ ਜਿੱਥੇ ਟਰੈਕਟਰ ਖੜਾ ਵਾ ਮਾਲਕਾਂ ਦੇ ਜਿਹੜੇ ਨੰਬਰ ਨੇ ਸਕਰੀਨ ਦੇ ਹਲੇ ਸ਼ੋ ਹੋ ਰਹੇ ਨੇ ਸੋਨੂੰ ਕਾਲ ਕਰੋ ਟਰੈਕਟਰ ਖਰੀਦੋ ਜਿਹੜੇ ਵੀਰ ਸੱਜਣ ਮਿੱਤਰ ਚਾਹਵਣ ਹੋਣ ਇਹ ਨਿਊ ਹਾਲੈਂਡ 3630 ਟਰਬੋ ਸੁਪਰ 12+3 ਯੂਜੀ ਗੇਅਰਬਾਕਸ ਵਾਲਾ ਟਰੈਕਟਰ ਲੈਣ ਵਾਲੇ ਹੁਣ ਅੱਗੇ ਗੱਲ ਕਰਦੇ ਆ ਫਾਰਮ ਟਰੈਕ 6022 ਜੀ ਬਕਾਊਾ ਟਰੈਕਟਰ ਇਹ ਬਹੁਤ ਵਧੀਆ ਟਰੈਕਟਰ ਪਿਆ 2010 ਮਾਡਲ ਆ ਪੀਵੀ ਨੰਬਰ ਆ ਜੀ ਟਰੈਕਟਰ ਤੇ ਬਾਕੀ ਮਾਲਕਾਂ ਦੇ ਦੱਸਣ ਅਨਸਾਰ ਟਾਇਰ ਇਹਦੇ 75% ਨਾਲ ਦੇ ਆ ਹੁਣ ਇਹ ਤੁਸੀਂ ਮਾਰੇ ਮਾਲਕਾਂ ਨੂੰ ਕਨਫਰਮ ਕਰ ਲਿਓ ਕਿਉਂਕਿ ਕਈ ਕੀ ਵਾਰ ਬੰਦੇ ਤੋਂ ਗਲਤ ਲਿਖਿਆ ਜਾਂਦਾ ਹੁੰਦਾ ਜਦੋਂ WhatsApp ਤੇ ਮੈਸੇਜ ਭੇਜਦਾ ਇੱਕ ਵਾਰੀ ਕਨਫਰਮ ਜ਼ਰੂਰ ਕਰ ਲਓ ਠੀਕ ਹੈ 2000 ਘੰਟਾ ਟਰੈਕਟਰ ਚੱਲਿਆ ਹੋਇਆ ਵਾ ਪਾਵਰ ਸਟੀering ਦਾ ਟਰੈਕਟਰ ਸਿੰਗਲ ਡਿਸਟ੍ਰੀਬਿਊਟਰ ਲੱਗਾ ਹੋਇਆ ਵਾ ਠੀਕ ਹੈ ਆ ਮੀਟਰ ਦੀ ਰੀਡਿੰਗ ਆ ਤੁਹਾਨੂੰ ਸ਼ੋ ਹੋ ਰਹੀ ਆ ਸਕਰੀਨ ਤੇ ਏਰੀਆ ਹੈਗਾ ਮੋਗਾ ਜਿੱਥੇ ਟਰੈਕਟਰ ਖੜਾ ਜੀ ਇਹੇ ਤੇ ਕੋਈ ਇੰਜਨ ਦਾ ਕੰਮ ਨਹੀਂ ਕੋਈ ਗੇਅਰ ਦਾ ਕੰਮ ਨਹੀਂ ਕੋਈ ਮਗਰਲੇ ਹਿੱਸੇ 'ਚੋਂ ਆਵਾਜ਼ ਨਹੀਂ ਕੋਈ ਰਿਪੇਅਰ ਨਹੀਂ ਭਾਲਦਾਗਾ ਤੇ ਜਿੱਥੇ ਤੱਕ ਬਾਈ ਟਾਇਰਾਂ ਦੀ ਗੱਲ ਆ ਹੁਣ ਅਸੀਂ ਉੱਥੇ ਟਰੈਕਟਰ ਜਾ ਕੇ ਵੇਖ ਕੇ ਤਾਂ ਨਹੀਂ ਆਉਂਦੇ ਗਿਆ ਮੈਂ ਤੁਹਾਨੂੰ ਕਹੀਏ ਸੋ ਕਮੈਂਟ ਵਿੱਚ ਇਹ ਫਜ਼ੂਲ ਜਿਹਾ ਐਵੇਂ ਕਮੈਂਟ ਨਾ ਕਰਿਓ ਕਿ ਟਾਇਰ ਜੇ 10 ਮਾਡਲ ਦੇ ਇੰਨੇ ਪਾਈਆ ਤਾਂ ਸਾਨੂੰ ਲਿਆ ਕੇ ਦੇ ਦਿਓ ਠੀਕ ਹੈ ਮਿਲ ਵੀ ਜਾਂਦੇ ਬਾਈ ਇਹ ਕੋਈ ਬਾਲੀ ਵੱਡੀ ਗੱਲ ਨਹੀਂ ਹੁੰਦੀਗੀ ਤੇ ਬਾਕੀ ਤੁਸੀਂ ਮਾਲਕਾਂ ਨੂੰ ਇੱਕ ਵਾਰੀ ਕਨਫਰਮ ਕਰ ਲਿਓ ਪ੍ਰਾਈਸ ਹੈਗਾ 3 ਲੱਖ ਤੇ 75000 ਰੁਪਈਆ ਟਰੈਕਟਰ ਵਾਲੀ ਨੂੰ ਡਿਮਾਂਡ ਹੈ ਮਾਲਕਾਂ ਲਈਓ ਜਿਹੜਾ ਨੰਬਰ ਮਾਲਕਾਂ ਦਾ ਸਕਰੀਨ ਦੇ ਹਲੇ ਸ਼ੂ ਫਲੈਸ਼ ਹੋ ਰਿਹਾ ਤੁਹਾਨੂੰ ਕਾਲ ਕਰੋ ਟਰੈਕਟਰ ਖਰੀਦੋ ਜਿਹੜੇ ਵੀਰ ਸੱਜਣ ਮਿੱਤਰ ਚਾਹਵਣ ਹੋਣੇ ਇਹ ਟਰੈਕਟਰ ਲੈਣ ਦੇ ਹੁਣ ਅੱਗੇ ਗੱਲ ਕਰਦੇ ਆ ਸਵਰਾਜ 735 ਬਾਈਜੀ ਬਕਾਊ ਹੈ ਟਰੈਕਟਰ 1996 ਮਾਡਲ ਦਾ ਟਰੈਕਟਰ ਇਹ ਪੂਰਾ ਸਾਫ਼ ਵਧੀਆ ਟਰੈਕਟਰ ਪਿਆ ਸਾਰਾ ਰੰਗ ਪੇਂਟ ਜੈਨੂਇਨ ਏਜੰਸੀ ਵਾਲਾ ਨਾਲ ਦਾ ਰੰਗ ਪੇਂਟ ਆ ਠੀਕ ਆ ਜੀ ਕੋਈ ਰੰਗ ਪੇਂਟ ਨਹੀਂ ਚੇਂਜ ਹੋਇਆ ਹੈਗਾ ਬਾਕੀ ਆ ਤੁਸੀਂ ਮਗਰ ਲਈ ਸਾਰੀਆਂ ਫੋਟੋਆਂ ਤੁਹਾਨੂੰ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਠੀਕ ਆ ਪੂਰਾ ਵਧੀਆ ਪਿਆ ਕੋਈ ਇੰਜਨ ਦਾ ਕੰਮ ਨਹੀਂ ਕੋਈ ਗੇਅਰ ਦਾ ਨਹੀਂ ਕੋਈ ਮਗਰ ਲਈ ਸਜਵਾਜ ਨਹੀਂ ਕੋਈ ਲੈਫਟ ਦਾ ਕੰਮ ਨਹੀਂ ਭਾਲਦਾ ਏਰੀਆ ਹੈਗਾ ਮੋਗਾ ਜਿੱਥੇ ਟਰੈਕਟਰ ਖੜਾ ਜੀ ਇਹ ਬਾਕੀ ਨਮ ਡਿਮਾਂਡ ਦੀ ਗੱਲ ਕਰੀਏ 1 ਲੱਖ ਤੇ 45000 ਰੁਪਿਆ ਡਿਮਾਂਡ ਆ ਬਾਕੀ ਮੌਕੇ ਤੇ ਘੱਟ ਵੱਧ ਕੀਤਾ ਜਾਊਗਾ ਹੈਵੀ ਬੰਪਰ ਟਰੈਕਟਰ ਦੇ ਅੱਗੇ ਲੱਗਾ ਹੋਇਆ ਜੀ ਨੰਬਰ ਮਾਲਕਾਂ ਦਾ ਸਕਰੀਨ ਦੇ ਹਲੇ ਤੁਹਾਨੂੰ ਫਲੈਸ਼ ਹੋ ਰਹੇ ਨੇ ਕਾਲ ਕਰਕੇ ਤੇ ਇਹ ਟਰੈਕਟਰ ਖਰੀਦ ਸਕਦੇ ਹੋ ਜਿਹੜੇ ਵੀਰ ਸੱਜਣ ਮਿੱਤਰ ਚਾਹਵਣ ਹੋਣ ਬਾਕੀ ਕੰਪਲੀਟ ਡਿਟੇਲ ਆ ਜਿਹੜੀ ਉਹ ਤੁਸੀਂ ਮਾਲਕਾਂ ਨੂੰ ਪੁੱਛ ਲਿਆ ਕਰੋ ਤੁਹਾਨੂੰ ਕੰਪਲੀਟ ਡਿਟੇਲ ਮਾਲਕ ਹੀ ਦੇ ਸਕਦੇ ਨੇ ਠੀਕ ਹੈ ਇੱਕ ਵੱਧੋ ਵੱਧ ਐਡਾਂ ਭੇਜਿਆ ਕਰੋ ਤੇ ਆਹ ਦੀ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਇੱਕ ਵਾਰੀ ਜ਼ਰੂਰ ਕਰ ਲਿਆ ਕਰੋ ਭਲਾ ਤੁਸੀਂ ਐਡ ਪਾਉਣ ਨੇ ਹੋ ਚਾਹ ਤੁਸੀਂ ਵੇਚਦੇ ਹੋ ਠੀਕ ਹੈ ਜੀ ਹੁਣ ਅੱਗੇ ਗੱਲ ਕਰਦੇ ਆ ਜੀ ਸੋਨਾਲੀਕਾ 60 ਡੀਆਈ ਟਰੈਕਟਰ ਦੀ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ ਜੀ 2000 ਮਾਡਲ ਦਾ ਟਰੈਕਟਰ 85 ਪੈਸੇ ਟਾਇਰ ਪਏ ਨੇ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਆ ਵੱਡੇ ਮੂਹਰੇ ਜਿਹੜੇ ਮੂਹਰੇ ਟਾਇਰ ਬਾਲੇ ਵੱਡੇ ਹੁੰਦੇ ਆ ਨਾ ਜਿਵੇਂ 911 ਵਾਲੇ ਉਹ ਟਾਇਰਾਂ ਵਾਲਾ ਜੀ ਇਹਦੀ ਡਿਮਾਂਡ ਬਹੁਤ ਜ਼ਿਆਦਾ ਰਹਿੰਦੀ ਆ ਕੋਕੀ ਟਰੈਕਟਰ ਇੰਨਾ ਕਿ ਜ਼ਿਆਦਾ ਵਧੀਆ ਵੀ ਤੁਸੀਂ ਛੱਡ ਗੱਲਾਂ ਦੋ ਇੰਜਨ ਗੇਅਰ ਲੈਫਟ ਪੰਪ ਮਗਰਲੇ ਹਿੱਸੇ ਦਾ ਕੋਈ ਕੰਮ ਨਹੀਂ ਭਾਲਦਾ ਕੋਈ ਰਿਪੇਅਰ ਨਹੀਂ ਕੋਈ ਤਾਂ ਕੋਈ ਆਵਾਜ਼ ਨਹੀਂ ਹੈਗੀਗੀ ਯਾਨੀ ਕਿ ਆਪਦੇ ਟਾਈਮ ਦੇ ਵਿੱਚ ਯਾਨੀ ਕਿ ਸਭ ਤੋਂ ਵੱਡਾ ਇੱਕ ਹਿਸਾਬ ਨਾਲ ਤੁਸੀਂ ਟਰੈਕਟਰ ਕਹਿ ਸਕਦੇ ਹੋ ਕਿ ਟਾਇਰ ਵੇਖੋ ਉਹ ਕਿੱਡੇ-ਕੱਡੇ ਨੇ ਠੀਕ ਹੈ ਨਾ ਬਹੁਤ ਯਾਨੀ ਕਿ ਉੱਚਾ ਟਰੈਕਟਰ ਸੀਗਾ ਇਹ ਤੇ ਮੂਹਰੇ ਟਾਇਰ ਵੇਖੋ ਯਾਨੀ ਕਿ ਕੰਪਲੀਟ ਬੈਲੈਂਸ ਕੱਢਿਆ ਹੋਇਆ ਸੀ ਟਰੈਕਟਰ ਦਾ ਇਹਦਾ ਤੇ ਪ੍ਰਾਈਸ ਦੀ ਗੱਲ ਕਰੀਏ ਜੀ 2,60,000 ਰੁਪਿਆ ਅਡਵਾਂਟ ਆ ਏਰੀਆ ਹੈਗਾ ਬਰਨਾਲਾ ਜਿੱਥੇ ਟਰੈਕਟਰ ਖੜਾ ਹੈ ਤੇ ਨੰਬਰ ਮਾਲਕਾਂ ਦੇ ਸਕਰੀਨ ਤੇ ਹਲੇ ਤੁਹਾਨੂੰ ਫਲੈਸ਼ ਹੋ ਰਹੇ ਨੇ ਕਾਲ ਕਰਕੇ ਤੇ ਇਹ ਟਰੈਕਟਰ ਖਰੀਦ ਸਕਦੇ ਹੋ ਜਿਹੜੇ ਵੀਰ ਚਾਹਵਣ ਹੋਣ ਧੰਨਵਾਦ ਭਾਈ ਜੀ ਵੀਡੀਓ ਪੂਰੀ ਵੇਖਣ ਦੇ ਲਈ ਜੇ ਵਧੀਆ ਲੱਗਦੀ ਹੋ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਹੜੇ ਵੀਰ ਨਾਮੇ ਆਏ ਨੇ